ਸਾਡੇ ਨਾਲ ਮੌਜੂਦ ਨੇ ਆਮ ਆਦਮੀ ਪਾਰਟੀ ਦੇ ਕੋਆਰਡੀਨੇਟਰ ਐਡਵੋਕੇਟ ਬਿਕਰਮਜੀਤ ਪਾਸੀ ਜੀ। ਕੱਲ੍ਹ ਇੱਕ ਪੱਤਰਕਾਰ ਪੋਲੀਟੀਕਲ ਪਾਵਰ ਦਾ ਸ਼ਿਕਾਰ ਹੋ ਗਿਆ ਹੈ, ਆਪਾਂ ਉਸੇ ਵਿਸ਼ੇ 'ਤੇ ਇਹਨਾਂ ਨਾਲ ਵਿਚਾਰ ਸਾਂਝੇ ਕਰਾਂਗੇ ਜੀ। ਸਰ ਸਤਿ ਸ਼੍ਰੀ ਅਕਾਲ, ਨਮਸਕਾਰ ਸਰ। ਪੋਲੀਟੀਕਲ ਪਾਵਰ ਦਾ ਸ਼ਿਕਾਰ ਹੋਏ ਪੱਤਰਕਾਰ ਦੇ ਸੰਬੰਧ ਦੇ ਵਿੱਚ ਪੋਲੀਟੀਕਲ ਪਾਵਰ ਦਾ ਕੀ ਮਕਸਦ ਰਹਿ ਜਾਂਦਾ ਜੀ, ਇਸ ਬਾਰੇ ਦੱਸੋ ਸਰ। ਹਾਂ, ਕੱਲ੍ਹ ਇੱਕ ਬੜੀ ਦੁਖਦਾਈ ਘਟਨਾ ਹੋਈ ਹੈ। ਰਮੇਸ਼ ਕੁਮਾਰ ਜੀ ਸੀਗੇ ਸੀਨੀਅਰ ਪੱਤਰਕਾਰ ਰਾਜਪੁਰਾ ਦੇ, ਕਈ ਚੈਨਲਾਂ 'ਚ ਅਖਬਾਰਾਂ 'ਚ ਕੰਮ ਕੀਤਾ। ਉਹਨਾਂ ਨੇ ਸੁਸਾਈਡ ਕਰ ਲਿਆ ਕੱਲ੍ਹ, ਅਤੇ ਬੜੀ ਦੁਖਦਾਈ ਖਬਰ ਹੈ ਇਹ। ਉਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਇਸ ਦੁੱਖ ਦੇ ਵਿੱਚ ਨਾਲ ਖੜ੍ਹੇ ਹਾਂ, ਸਾਰਾ ਸਮਾਜ ਵੀ ਨਾਲ ਖੜ੍ਹਿਆ। ਅਤੇ ਬਹੁਤ ਮੰਦਭਾਗੀ ਘਟਨਾ ਹੈ ਇਹ, ਹੌਸਲਾ ਰੱਖਣਾ ਚਾਹੀਦਾ। ਅਤੇ ਪਰ ਉਸ ਬੰਦੇ ਨੂੰ ਹਾਲਾਤ ਉਹਦੇ ਉਹੀ ਜਾਣਦਾ ਸੀ। ਉਹਨਾਂ ਨੇ ਵੀਡੀਓ ਵੀ ਪਾਈ ਹੈ ਇੱਕ, ਅਤੇ ਸੁਸਾਈਡ ਨੋਟ ਵੀ ਮਿਲਿਆ ਜੋ ਪੁਲਿਸ ਨੇ ਦੱਸਿਆ। ਸੋ ਇਹ ਚੀਜ਼ਾਂ ਤਾਂ ਇਹੀ ਦਰਸਾਉਂਦੀਆਂ ਹੈ ਕਿ ਇਨਸਾਨ ਨੂੰ ਕਿਸੇ ਨੂੰ ਇੰਨਾ ਵੀ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਕਿ ਉਹ ਇਸ ਰਸਤੇ 'ਤੇ ਚੱਲ ਜਾਏ। ਬਾਕੀ ਜਿੱਥੋਂ ਤੱਕ ਤੁਸੀਂ ਪੋਲੀਟੀਕਲ ਪਾਵਰ ਦੀ ਗੱਲ ਕੀਤੀ ਆ, ਤਾਂ ਮੈਨੂੰ ਅੱਜ ਤੱਕ ਇਹੀ ਸਮਝਾਉਂਦਾ ਆ ਰਿਹਾ। ਮੈਨੂੰ ਤਾਂ ਕਦੇ, ਖੈਰ ਕਦੇ ਮੈਂ ਤਾਂ ਕਿਸੇ ਪੋਲੀਟੀਕਲ ਪਾਵਰ 'ਤੇ ਰਿਹਾ ਨਹੀਂ, ਨਾ ਮੈਨੂੰ ਕਦੇ ਕੋਈ ਅਹੁਦਾ ਇਹੋ ਜਿਹਾ ਮਿਲਿਆ ਜਿੱਥੇ ਮੈਂ ਪੋਲੀਟੀਕਲ ਪਾਵਰ ਯੂਜ਼ ਕਰ ਸਕਾਂ। ਇਹ ਤਾਂ ਸਾਡੇ ਆਮ ਆਦਮੀ ਪਾਰਟੀ ਆ, ਮੈਡਮ ਨੀਨਾ ਮਿੱਤਲ ਜੀ ਆ, ਜਿਹੜੇ ਸਾਡੇ ਤੋਂ ਵਰਕ ਕਰਵਾ ਲੈਂਦੇ ਆ, ਅਤੇ ਸਾਨੂੰ ਵੀ ਲੱਗਦਾ ਕਿ ਅਸੀਂ ਕੁਛ ਵਰਕ ਕਰ ਰਹੇ ਹਾਂ। ਪਰ ਪੋਲੀਟੀਕਲ ਪਾਵਰ ਨਹੀਂ ਕਿਹਾ ਜਾਣਾ ਚਾਹੀਦਾ ਇਹਨੂੰ, ਇਹਨੂੰ ਕਿਹਾ ਜਾਣਾ ਚਾਹੀਦਾ ਪੋਲੀਟੀਕਲ ਰਿਸਪੋਂਸੀਬਿਲਿਟੀ। ਆ ਜਿਹੜਾ ਪਾਵਰ ਲਫ਼ਜ਼ ਹੈ ਨਾ ਜੀ, ਇਹ ਹੰਕਾਰ ਦੀ ਨਿਸ਼ਾਨੀ ਹੈ। ਪੋਲੀਟੀਕਲ ਡਿਊਟੀ, ਪੋਲੀਟੀਕਲ ਰਿਸਪੋਂਸੀਬਿਲਿਟੀ, ਉਹਨੂੰ ਲੀਡਰਾਂ ਨੇ, ਪਿਛਲਿਆਂ ਨੇ, ਜਿੱਦਾਂ ਹੁਣ ਸਾਡੇ ਭਗਵੰਤ ਮਾਨ ਜੀ ਆ, ਹਮੇਸ਼ਾ ਪੋਲੀਟੀਕਲ ਡਿਊਟੀ ਕਹਿੰਦੇ ਹੈ। ਪਹਿਲੇ ਲੀਡਰਾਂ ਨੇ ਉਹਨੂੰ ਪਿਛਲੀਆਂ ਸਰਕਾਰਾਂ ਸਮੇਂ ਪਾਵਰ ਬਣਾ ਕੇ ਰੱਖ, ਔਰ ਪਾਵਰ ਜਿਹੜਾ ਹੈ ਹੰਕਾਰ ਦੇ ਰੂਪ 'ਚ ਆ ਜਾਂਦੀ ਹੈ। ਸੋ ਇਹ ਪੋਲੀਟੀਕਲ ਡਿਊਟੀ ਹੈ, ਪੋਲੀਟੀਕਲ ਰਿਸਪੋਂਸੀਬਿਲਿਟੀ ਹੈ। ਔਰ ਡਿਊਟੀ ਕਿਸ ਚੀਜ਼ ਪ੍ਰਤੀ? ਲੋਕਾਂ ਪ੍ਰਤੀ, ਸਰਕਾਰ ਪ੍ਰਤੀ। ਰਿਸਪੋਂਸੀਬਿਲਟੀ ਕਿਸ ਪ੍ਰਤੀ? ਇੱਕ ਅੱਛਾ ਪ੍ਰਸ਼ਾਸਨ ਦੇਣ ਪ੍ਰਤੀ। ਸਰ, ਘਟਨਾ ਤੋਂ ਬਾਅਦ ਕੱਲ੍ਹ ਥਾਣੇ ਵਿੱਚ ਜਗਦੀਸ਼ ਕੁਮਾਰ ਜੱਗਾ ਜੀ, ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ MLA ਸਾਹਿਬ ਮੈਡਮ ਨੀਨਾ ਮਿੱਤਲ ਜੀ ਔਰ ਗੁਰਲਾਲ ਘਲੋਲ ਜੀ ਪਹੁੰਚੇ ਹੋਏ ਸਨ ਜੀ, ਉਸ ਸੰਬੰਧੀ ਲੋਕਾਂ ਵਿੱਚ ਕਈ ਤਰ੍ਹਾਂ ਦੀ ਚਰਚਾ ਹੈ ਜੀ, ਕਿ ਇਹ ਵੀ ਇੱਕ ਪੋਲੀਟੀਕਲ ਮੋਟਿਵ ਸੀ ਜੀ? ਨਹੀਂ, ਇਸ ਨੂੰ ਪਹਿਲਾਂ ਫਰਕ ਸਮਝੋ। FIR ਨੰਬਰ 265 ਦਰਜ ਹੋਈ ਹੈ ਮੈਡਮ ਅਨੀਤਾ ਸ਼ਰਮਾ ਜੀ ਵੱਲੋਂ, ਜੋ ਰਮੇਸ਼ ਕੁਮਾਰ ਜੀ ਦੇ ਧਰਮ ਪਤਨੀ। ਉਹ ਥਾਣੇ ਗਏ ਆ, ਉਹਨਾਂ ਨੇ FIR ਦਰਜ ਕਰਾਈ ਆ। ਉਸ ਤੋਂ ਬਾਅਦ ਉਹ FIR ਦਰਜ ਹੋਣ ਤੋਂ ਬਾਅਦ ਉਹ ਬਾਹਰ ਆ ਕੇ ਬੈਠ ਗਏ, ਔਰ ਉਹਨਾਂ ਨੇ ਲਗਾਤਾਰ ਇੱਕੋ ਗੱਲ ਕਹੀ ਹੈ ਕਿ MLA ਨਹੀਂ ਸਾਡੇ ਇੱਥੇ ਆਏ। ਤਾਂ ਮੈਡਮ ਨੀਨਾ ਮਿੱਤਲ ਜੀ ਔਰ ਗੁਰਲਾਲ ਘਨੌਰ ਜੀ FIR ਦਰਜ ਹੋਣ ਤੋਂ ਕਈ ਘੰਟੇ, ਤਕਰੀਬਨ 2 ਘੰਟੇ ਤੋਂ ਬਾਅਦ, ਮੇਰੇ ਹਿਸਾਬ ਨਾਲ 1.5-2 ਘੰਟੇ, 2.5 ਘੰਟੇ ਤੋਂ ਬਾਅਦ ਉਹ ਸਿਰਫ ਉਸ ਲੇਡੀ ਦੇ ਨਾਲ ਦੁੱਖ ਸਾਂਝਾ ਕਰਨ ਗਏ ਸੀ। ਉਹਨੂੰ ਤੁਸੀਂ ਪੋਲੀਟੀਕਲ ਮਕਸਦ 'ਚ ਨਹੀਂ ਲੈ ਸਕਦੇ। ਮੈਂ ਗੱਲ ਫਿਰ ਤੁਹਾਡੇ ਚੈਨਲ ਰਾਹੀਂ ਕਲੀਅਰ ਕਰ ਦਿੰਦਾ, FIR ਦਰਜ ਹੋਣ ਤੋਂ ਤਕਰੀਬਨ 2 ਜਾਂ 2.5 ਘੰਟੇ ਤੋਂ ਬਾਅਦ, ਜਦੋਂ ਉਹ ਲੇਡੀ ਉੱਥੇ ਬੈਠੀ ਰਹੀ ਥਾਣੇ ਦੇ ਬਾਹਰ, ਕਿ ਮੈਨੂੰ, ਕਿਉਂਕਿ ਹਰ ਕੋਈ ਕਹਿੰਦਾ ਨਾ ਜੀ ਲੋਕਲ MLA ਮੇਰੀ ਆਵਾਜ਼ ਸੁਣੇ, ਹੈ ਨਾ ਜੀ। ਉਸ ਤੋਂ ਬਾਅਦ ਮੈਡਮ ਨੀਨਾ ਮਿੱਤਲ ਜੀ ਉੱਥੇ ਗਏ। ਇਹ ਬਹੁਤ ਵੱਡਾ ਇੱਕ ਫਰਕ ਹੈ, ਇਹਨੂੰ ਸਮਝਣ ਦੀ ਲੋੜ ਹੈ। ਬਾਕੀ ਜਗਦੀਸ਼ ਕੁਮਾਰ ਜੱਗਾ ਜੀ ਕਿਸ ਟਾਈਮ ਗਏ ਹੈ ਮੈਨੂੰ ਇਸ ਬਾਰੇ ਪ੍ਰੋਪਰ ਨਹੀਂ ਪਤਾ, ਪਰ ਮੈਡਮ ਨੀਨਾ ਮਿੱਤਲ ਜੀ ਔਰ ਗੁਰਲਾਲ ਘਨੌਰ ਜੀ ਦਾ ਮੈਨੂੰ ਕਲੀਅਰ ਪਤਾ ਹੈ ਕਿ ਉਹ 2 ਤੋਂ 2.5 ਘੰਟੇ ਤੋਂ ਬਾਅਦ, ਤਕਰੀਬਨ FIR ਤੋਂ ਬਾਅਦ, ਉਹ ਵੀ ਉਸ ਲੇਡੀ ਨੂੰ ਸਾਂਤਵਨਾ ਦੇਣ। ਕਿਉਂਕਿ ਦੇਖੋ, ਜਿਹਦੇ ਪਤੀ ਚਲਿਆ ਗਿਆ ਜੀ, ਉੱਥੇ ਉਹਨਾਂ ਨੇ ਆਪਣੀ ਇੱਕ ਸਮਾਜਿਕ ਡਿਊਟੀ ਨਿਭਾਈ ਜੀ। ਪਾਸੀ ਸਾਹਿਬ, ਪਰਿਵਾਰ ਇਸ ਵਕਤ ਬਹੁਤ ਬੁਰੀ ਹਾਲਤ ਦੇ ਵਿੱਚ ਗੁਜ਼ਰ ਰਿਹਾ ਹੈ, ਸਮਾਜਿਕ ਤੌਰ 'ਤੇ ਤੁਸੀਂ ਕਿਵੇਂ ਦੇਖਦੇ ਹੋ? ਅਸੀਂ ਇਸ ਪਰਿਵਾਰ ਦੇ ਦੁੱਖ ਦੇ ਨਾਲ ਖੜ੍ਹੇ ਹਾਂ ਜੀ, ਸਾਰੀ ਸਮਾਜ ਖੜ੍ਹਿਆ, ਪੂਰਾ ਰਾਜਪੁਰਾ ਮਨੂੜ ਖੜ੍ਹਿਆ, ਪੂਰਾ ਪੰਜਾਬ ਖੜ੍ਹਿਆ। ਓਬੀਅਸ ਹੈ ਜੀ ਕਿ ਉਹੀ ਇੱਕ ਬੰਦਾ ਸੀ ਘਰ 'ਚ ਕਮਾਉਣ ਵਾਲਾ, ਉਹ ਚਲਿਆ ਗਿਆ, ਅਤੇ ਪਰਿਵਾਰ 'ਤੇ ਤਾਂ ਦੁੱਖਾਂ ਦਾ ਪਹਾੜ ਟੁੱਟਿਆ। ਸੋ ਅਸੀਂ ਤਾਂ ਇਹੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਤਾਕਤ ਦੇਵੇ ਪਰਮਾਤਮਾ, ਸ਼ਕਤੀ ਦੇਵੇ। ਪਾਸੀ ਸਾਹਿਬ, ਪੱਤਰਕਾਰ ਦੀ ਸੁਸਾਈਡ ਵੱਲੋਂ ਸੁਸਾਈਡ ਹੋਣ ਤੋਂ ਬਾਅਦ ਪੁਲਿਸ ਵੱਲੋਂ 306 ਦਾ ਪਰਚਾ ਦਰਜ ਕੀਤਾ ਜਾਂਦਾ ਹੈ ਜੀ, ਪਿਛਲੀ ਸਰਕਾਰ ਦੇ ਵਿੱਚ ਸਾਬਕਾ MLA ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਮੈਂ ਪਿਛਲੀ ਪੂਰੀ ਸਰਕਾਰ ਦੀ ਹੀ ਕਾਰਗੁਜ਼ਾਰੀ ਦੇ ਖਿਲਾਫ਼ ਸੀ। ਤੁਹਾਨੂੰ ਪਤਾ ਹੋਣਾ ਕਿ ਮੈਂ ਤਕਰੀਬਨ 2020 ਤੋਂ ਉਸ ਸਰਕਾਰ ਦੇ ਖਿਲਾਫ਼, ਤੁਹਾਡੇ ਕੋਲ ਵੀ ਇੰਟਰਵਿਊਆਂ ਮੇਰੀਆਂ ਹੁੰਦੀਆਂ ਰਹੀਆਂ, ਹੋਰ ਚੈਨਲਸ 'ਤੇ ਵੀ ਹੁੰਦੀਆਂ ਰਹੀਆਂ, ਰਾਜਪੁਰੇ ਲਿਵਿੰਗ ਇੰਡੀਆ, ਸੋਰੀ, ਉਹ ਜਿਹੜੇ ਆਪਣੇ
डेली भारत नंबर 1 ते मेरी कहीं, क्योंकि मैं बहुत किंतू परंतू करता रहा कि इतने बहुत कुछ गलत हो रहा सरकारां दे, चाहे वह उन्होंने अगे जो अपॉइंट किए हुए सी वो लोग गलत करते या कोई भी गलत करता सी। पिछलिया सरकारा समय तो पिछली सरकार समय तो तुम कह ही सकते हो, देखो 185 बंदा जहरीली शराब नाल मर गया, अखा चली गई लोगों दियाँ। पिछली सरकार की कारगुजारी तो मैं यही कहना कि वह कोई सरकारी कारगुजारी थोड़ी सी, वह तो लुट खसुट की कारगुजारी सी जी। पासी साहब, अजिंह घटनावां का समाज से की असर पैंदा है, कि लोगों विच अपने ही चुने हुए नुमाइंदे दे अक्स नूं ठेस पुजदी है? अगर ठेस पहुंची सी तां ही तां फिर उन्होंने एड्डा वड्डा बदलाव लियाता पंजाब च, और इन्हां घटनावां दा समाज ते बहुत बुरा प्रभाव पैंदा। वो इस करके कि तुसी पत्रकार लोकतंत्र दा चौथा स्तंभ, असी आस करदे हां कि पत्रकार एक निरपक्ष पत्रकारिता करदा, पत्रकार जो कहिंदा उहनूं लोक ध्यान नाल सुणदे। हुण जदों एक पत्रकार खुदकुशी कर गया तां ओबवियसली आ हर कोई उस चीज़ नूं बड़ा शॉक्ड वे दे नाल देखदा, वो हैरान हो जाता है। उन्हां दा किते ना किते प्रशासन प्रति कह लो तुसीं या नुमाइंदा प्रति जिहड़ा विश्वास है वह टुटदा है। आम आदमी पार्टी की सरकार ने एक मिनट भी नहीं लगाया है ना, उन्होंने कोई इत्थे कोई राजनीति नहीं की, क्योंकि मैडम नीना मित्तल जी नाल मेरी गल फोन ते गल हुई सी, तां उन्होंने असी इक्को गल डिस्कस की सी कि असी किसी की मौत ते राजनीति नहीं करनी। आम आदमी पार्टी की सरकार लोगों को एक अच्छा प्रशासन देने लई आई है, ना कि असी लोगों के विच अविश्वास बेभरोसगी पैदा करना है। असी तो लोगों के विच विश्वास बहाल करना है, और तकरीबन एक साल तो बाद तुसी देखोगे कि लोगों का दोबारा सरकारां प्रति लोकतंत्र प्रति विश्वास बहाल होंदा चला जाए। नो डाउट, देखो कहिंदे नहीं जी कि जिथे साध रहने हैं कोई ना कोई चोर भी हुंदा है। और तुसी एक चीज़ नोट करो कि यह जड़ी कोई माड़ी मोटी घटनावां होंदियां जिदा एक दो पंजाब च हुई हैं, उहदे च कोई आम आदमी पार्टी का कोई नहीं है कि उन्होंने कोई कमी छड़ी है, पर उस तो बाद एक्शन किन्नी तेजी नाल हुंदा है। और यह चीज़ जिहड़ी विश्वास बहाली दी है, इहदा रिजल्ट तुसी देखोगे तकरीबन एक साल दे विच आना शुरू हो जाएगा। हाँ, इन्ना जरूर है कि जदों जिदा रमेश कुमार जी ने सुसाइड होया इदा दिन घटनावां होंदिया तो लोगों के विश्वास के कमी कितने कितने आ जाती है, और वह फिर उत्थे जदों प्रशासन चुस्त दुरुस्त होकर कार्रवाई करता है तो फिर वो लोगों की विश्वास बहाली होंगी। बहुत बहुत शुक्रिया।